ਦੁਬਾਰਾ ਰੀਟੇਕ ਕਰਾ ਲਈਏ ਨਹੀਂ ਭਰਾਵਾ ਤੇਰੇ ਲਈ ਨੀ ਹੈਗੀ ਬਾਹਰ ਮੈਂ ਹੋ ਕੇ ਅਪਡੇਟ ਕਰ ਦੇਣੀ ਹੈ ਤੂੰ ਆਪਣੀ ਗੱਲ ਕਰ ਨਹੀਂ 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 ਮੈਂ ਭਾਈ ਵੱਲ ਦੇਖਦਾ ਫਿਰ ਇੱਧਰ ਬਜਾਜ ਕੰਪਨੀ ਬੜੀ ਗਲਤ ਹੈ ਤੂੰ ਹਾਂ ਇਹਦਾ ਤੂੰ ਜਵਾਬ ਦੇਣਾ ਕਿ ਕਿਉਂ ਭਾਜੀ ਸਾਡਾ ਮਾਲ ਲੈਣ ਸਾਡੀ ਕੰਪਨੀ ਕੀ ਖਾਸੀਅਤ ਹੈ ਕਿ ਉਹ ਭਾਜੀ ਸਾਡਾ ਮਾਲ ਰੱਖਣਗੇ ਮਤਲਬ ਤੂੰ ਇਹ ਕਹਿਣਾ ਕਿ ਮਤਲਬ ਭਾਜੀ ਉਹ ਗੱਲ ਨਹੀਂ ਕੀ ਤੂੰ ਬਸ ਸਮਝ ਲੈ ਦੇਖ ਮੈਂ ਜਦੋਂ ਭਾਜੀ ਕੋਲ ਆਇਆ ਸੀ ਮੇਰੇ ਨਾਲ ਕੋਈ ਮੈਨੇਜਰ ਨਹੀਂ ਤੁਰਿਆ ਭਾਜੀ ਨਾਲ ਮੈਂ ਚੱਕਰ ਲਾਉਂਦਾ ਰਿਹਾ ਮੈਂ ਭਾਜੀ ਨੂੰ ਮਨਾ ਲਿਆ ਭਾਵੇਂ ਸਾਡੇ ਕੋਲ ਬੱਲਾ ਵੀ ਲਿੱਤੇ ਛੋਟੇ ਮੋਟੇ ਹੁਣ ਭਾਜੀ ਨੇ ਜਿਹੜੀ ਤੁਹਾਨੂੰ ਗੱਲ ਕਹੀ ਇਹੀ ਫਸਟ ਟਾਈਮ ਭਾਜੀ ਨੇ ਤੁਹਾਨੂੰ ਯਾਦ ਆ ਭਾਜੀ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਉਹਦਾ ਮੈਂ ਕੀ ਜਵਾਬ ਦਿੱਤਾ ਜੀ ਤੁਹਾਨੂੰ ਹਾਂ ਮਤਲਬ ਇਹ ਹੁਣ ਜਿਹੜੀ ਗੱਲ ਭਾਈ ਨੇ ਤੁਹਾਨੂੰ ਬੋਲੀ ਹੈ ਨਾ ਬਜਾਜ ਕੰਪਨੀ ਖਰਾਬ ਹੈ ਤੂੰ ਸਮਝ ਤੁਹਾਨੂੰ ਛੱਡਦਾ ਹੈ ਹੁਣ ਔਰ ਤੂੰ ਆਪਣੇ ਤਰੀਕੇ ਨਾਲ ਟੈਕਟ ਕਰਨਾ ਕਿ ਤੂੰ ਭਾਈ ਨੂੰ ਕਿੱਦਾਂ ਬਣਾਉਣਾ ਉਹ ਹੁਣ ਇਹਦਾ ਜਵਾਬ ਦੇ ਕੀ ਚੱਕਰ ਸੀ ਕਿਉਂ ਨਹੀਂ ਹੋਈ ਇਹ ਸਟਾਰਟਿੰਗ ਇਹ ਬੋਲ ਪ੍ਰੋਬਲਮ ਕੀ ਆਈ ਸੀ ਕਿਉਂ ਨਹੀਂ ਹੋਈ ਕਿਹੜਾ ਡਿਸਟ੍ਰੀਬਿਊਟਰ ਸੀ ਹਾਂ ਮਤਲਬ ਕਹਿ ਲੈ ਤੂੰ ਭਾਜੀ ਦੀ ਗੱਲ ਨੂੰ ਨਾ ਉੱਤੇ ਨਹੀਂ ਰੱਖਣੀ ਆਪਣੀ ਗੱਲ ਭਾਈ ਦੇ ਉੱਤੇ ਰੱਖਣੀ ਹੈ ਤੂੰ ਭਾਜੀ ਤੋਂ ਡਾਊਨਲੋਡ ਹੋ ਕੇ ਨਹੀਂ ਆਉਣਾ ਤੂੰ ਭਾਜੀ ਨੂੰ ਡਾਊਨਲੋਡ ਕਰਨਾ ਆਪਣੇ ਵੱਲੋਂ ਸਮਝ ਗਿਆ ਹੁਣ ਭਾਜੀ ਦੀ ਗੱਲ ਹੁਣ ਤੂੰ ਜਵਾਬ ਦੇ ਜੋ ਭਾਜੀ ਨੇ ਕਿਹਾ ਮੇਰੀ ਰਿਪਲੇਸਮੈਂਟ ਨਹੀਂ ਤੂੰ ਰੱਖੀ।